ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕੇ ਹੈ ਜੀ ਕੀ ਰਿਕਰੂਟਮੈਂਟ ਵਿੱਚ ਦੱਸਿਆ ਗਿਆ ਹੈ ਕਿੰਨੇ ਕਿਹੜੇ ਕੈਂਡੀਡੇਟ ਲਈ ਇਹ ਇੰਪੋਰਟੈਂਟ ਹੋਣ ਵਾਲਾ ਹੈ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੁਹਾਨੂੰ ਦੇਣ ਜਾ ਰਹੇ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਡੇਟਾ ਜਿਉ ਲੈ ਕੇ ਆਵਾਂਗਾ ਸੋ ਅੱਜ ਦੀ ਜਿਹੜਾ ਨੋਟੀਫਿਕੇਸ਼ਨ ਹੈ ਜੇ ਪ ਪੰਜਾਬ ਪੁਲਿਸ ਭਰਤੀ ਵਾਲੇ ਸਾਰੇ ਕੈਂਡੀਡੇਟਸ ਦੇ ਲਈ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜੇ ਕੈਂਡੀਡੇਟ ਨੇ ਇਹਦੇ ਲਈ ਅਪਲਾਈ ਕੀਤਾ ਉਹ ਉਹਦੇ ਲਈ ਲਾਹਾ ਲੈ ਸਕਣ ਤੇ ਨਾਲ ਦੀ ਨਾਲ ਹੋਰ ਵੀ ਨਵੀਆਂ ਭਰਤੀਆਂ ਬਾਰੇ ਉਹਨਾਂ ਨੂੰ ਅਪਡੇਟ ਮਿਲਦੇ ਰਹਿਣ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਅਗਰ ਹਾਲੇ ਤੱਕ ਸਾਡੀ ਵੈਬਸਾਈਟ ਜੋ ਕਿ meetacademy.xyz ਉਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਨਾਲ ਜਾ ਕੇ ਕਰ ਲਵੋ ਤੇ ਅਗਰ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕ ਲੈ ਚੱਲਦੇ ਰਿਕਰੂਟਮੈਂਟ ਅਪਡੇਟਸ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰ ਦਾਂ ਸੋ ਇਹ ਅਪਡੇਟ ਆਇਆ ਜੀ ਜਿਹੜਾ ਕਿ ਰਿਕਰੂਟਮੈਂਟ ਅਲਰਟ ਉਹਨਾਂ ਨੇ ਦਿੱਤਾ ਹੈ ਜਿਹੜਾ ਕਿ ਪੰਜਾਬ ਪੁਲਿਸ ਰਿਕਰੂਟਮੈਂਟ ਨੂੰ ਲੈ ਕੇ ਹੈ ਜਿਹਦੇ ਵਿੱਚ ਸਬ ਇੰਸਪੈਕਟਰ ਐਂਡ ਕਨਸਟੇਬਲ ਦੀ ਭਰਤੀ ਦੇ ਰਿਲੇਟਡ ਹੈ ਇਸ ਦੇ ਵਿੱਚ ਟੈਕਨੀਕਲ ਅਤੇ ਸਪੋਰਟ ਸਰਵਿਸਿਜ਼ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਨੇ ਉਹ ਆਊਟ ਜਿਹੜੀਆਂ ਇਹਨਾਂ ਨੇ ਆਊਟ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਸਬ ਇੰਸਪੈਕਟਰ ਦੀਆਂ 267 ਵੈਕੈਂਸੀਜ਼ ਤੇ ਕਨਸਟੇਬਲ ਦੀਆਂ 2340 ਵੈਕੈਂਸੀਜ਼ ਜੋ ਕਿ ਟੈਕਨੀਕਲ ਐਂਡ ਸਪੋਰਟ ਸਰਵਿਸਿਜ਼ T S S ਦੇ ਕਾਰਡ ਦੇ ਅੰਡਰ ਆਈਆਂ ਸੀਗੀਆਂ ਤੇ ਇਸ ਦੇ ਵਿੱਚ ਇਹ ਨੋਟੀਫਿਕੇਸ਼ਨ ਜਿਹੜਾ ਇਸ ਦੇ ਵਿੱਚ ਉਹਨਾਂ ਨੇ ਉਹਨਾਂ ਕੈਂਡੀਡੇਟਸ ਬਾਰੇ ਦੱਸਿਆ ਜਿਹੜੇ ਕਿ ਆਪਣੀ ਡਾਕੂਮੈਂਟਸ ਜਿਹੜੇ ਨੇ 8 12 2022 ਤੋਂ ਲੈ ਕੇ 19 12 2022 ਤੱਕ ਜੜੇ ਸਬਮਿਟ ਨਹੀਂ ਕਰਵਾ पाए ਠੀਕ ਹੈ ਜੀ ਸੋ ਉਹਨਾਂ ਨੂੰ ਰੈਲੇਵੈਂਟ ਡਾਕੂਮੈਂਟ ਅਤੇ ਡਾਕੂਮੈਂਟ ਜਿਹੜੀ ਸਕਿਉਰੈਂਟੀ ਡੈਸਕ ਹੈ ਉਹ ਰੂਮ ਨੰਬਰ 118 ਜੋ ਕਿ ਕਾਨਫਰੰਸ ਹਾਲ ਟੀਐਸਐਸ ਵਿੰਗ ਗਰਾਉਂਡ ਫਲੋਰ ਪੰਜਾਬ ਪੁਲਿਸ ਹੈੱਡਕੁਆਟਰ ਸੈਕਟਰ 9 ਚੰਡੀਗੜ੍ਹ ਨੂੰ ਤੋ 21 12 2022 ਤੋਂ ਲੈ ਕੇ 30 12 2022 ਤੱਕ ਐਕਸੈਪਟ ਜਿਹੜੇ ਪਬਲਿਕ ਹੌਲੀਡੇਜ਼ ਨੇ ਆਪਣੇ ਰੈਲੇਵੈਂਟ ਡਾਕੂਮੈਂਟਸ ਜਿਹੜੇ ਨੇ ਉਹ ਜਾ ਕੇ ਸਬਮਿਟ ਕਰਵਾ ਸਕਦੇ ਨੇ ਸੋ ਇਹ ਉਹੀ ਹੈ ਜਿਨ੍ਹਾਂ ਕੈਂਡੀਡੇਟ ਨੇ ਹਾਲ ਤੱਕ ਆਪਣੇ ਡਾਕੂਮੈਂਟ ਜਿਹੜੇ ਸਬਮਿਟ ਨਹੀਂ ਕਰਵਾਏ ਸੀਗੇ 8 12 2022 ਤੋਂ ਲੈ ਕੇ 19 12 2022 ਤੱਕ ਜੋ ਕਿ ਸਬ ਇਨਸਪੈਕਟਰ ਅਤੇ ਕਨਸਟੇਬਲ ਦੀ ਭਰਤੀ ਨੇ ਜੋ ਕਿ ਆਈਟੀ ਸੈਲ ਦੀ ਹੈ ਨਹੀਂ ਸੋ ਉਸ ਦੇ ਵਾਸਤੇ ਅਗਰ ਜਿਨ੍ਹਾਂ ਨੇ ਹਾਲ ਤੱਕ ਸਬਮਿਟ ਨਹੀਂ ਕਰਾਏ ਉਹ ਜਾ ਕੇ ਕਰਵਾ ਸਕਦੇ ਨੇ 30 12 2022 ਜੋ ਕਿ ਆਫਿਸ ਵਰਕਿੰਗ ਆਰ ਦੇ ਅੰਦਰ ਹੀ ਜਾ ਕੇ ਕਰਵਾ ਸਕਦੇ ਹੋ ਤੁਸੀਂ ਤੁਹਾਨੂੰ ਆਪਣੇ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਜੀ ਔਰ ਜਾ ਕੇ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਨੇ ਸਬਮਿਟ ਕਰਵਾ ਦੇਣੇ ਨੇ ਜਿਹੜੇ ਜਿਹੜੇ ਰਿਕੁਆਇਰਡ ਨੇ ਸੋ ਜਲਦੀ ਨਾਲ ਜਾ ਕੇ ਸਬਮਿਟ ਕਰਵਾ ਲਓ ਲਾਸਟ ਚਾਂਸ ਉਹਨਾਂ ਨੇ ਇਹਨੇ ਦਿੱਤਾ ਹੋਇਆ ਹੈ ਜੀ ਫਿਰ ਵੀ ਅਗਰ ਜਿਹੜੇ ਨਹੀਂ ਕਰਵਾ ਪਾਣਗੇ ਤਾਂ ਮਾਈਟ ਬੀ ਅਗਲੀ ਵਾਰੀ ਆਪਸ਼ਨ ਨਹੀਂ ਮਿਲੇਗੀ ਤੁਹਾਨੂੰ ਸੋ ਜਲਦੀ ਨਾਲ ਜਾ ਕੇ ਕਰਵਾ ਦਿਵੋ ਤੇ ਇਹਦਾ ਨੋਟੀਫਿਕੇਸ਼ਨ ਉਹਨਾਂ ਨੇ ਆਪਣੀ ਵੈਬਸਾਈਟ ਤੇ ਨਹੀਂ ਜਿਹੜਾ ਕਿ ਅਲੱਗ-ਅਲੱਗ ਜਗ੍ਹਾ ਤੇ ਕੀਤਾ ਸੀਗਾ ਜਿਹੜਾ ਇਹ ਕੀਤਾ ਹੋਇਆ ਤੁਸੀਂ ਜੋ ਵੀ ਚੈੱਕ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਸੋ ਜਲਦੀ ਨਾਲ ਜਾ ਕੇ ਚੈੱਕ ਕਰਕੇ ਆਪਣੇ ਸਬਮਿਟ ਕਰਵਾ ਦਿਓ ਕਰਕੇ ਪੁੱਛ ਸਕਦੇ ਹੋ ਸੀ ਇਹ ਅੱਜ ਦਾ ਨੋਟੀਫਿਕੇਸ਼ਨ ਅਪਡੇਟ ਹੈ ਜਿਹੜਾ ਕਿ ਪੰਜਾਬ ਪੁਲਿਸ ਭਰਤੀ ਨੂੰ ਲੈ ਕੇ ਹੈ ਤੇ ਇਸੇ ਤਰ੍ਹਾਂ ਬਾਕੀ ਅਪਡੇਟਸ ਵੀ ਤੁਹਾਡੇ ਲੈ ਕੇ ਆਂਦੇ ਰਵਾਂਗਾ ਮਿਲਾਂਗੇ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ